ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਆਡੀਓ ਵਾਕਿਆ ਹੀ ਕਥਿਤ ਡਾਕਟਰ ਦੀ ਹੈ। ਇਸ ਆਡੀਓ 'ਚ ਡਾਕਟਰ ਵੱਲੋਂ ਇੱਕ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਨ ਦੀ ਗੱਲ ਕੀਤੀ ਗਈ ਹੈ, ਜਦਕਿ ਜੋ ਬੱਚਾ ਬਿਮਾਰ ਸੀ ਉਸਦੇ ਪਰਿਵਾਰਕ ਮੈਂਬਰਾਂ ਮੁਤਾਬਕ ਇਸ ਬੱਚੇ ਨੂੰ ਨਾਰਮਲ ਬੁਖਾਰ ਹੀ ਹੋਇਆ ਸੀ। ਪਰ ਇਸ ਕਥਿਤ ਆਡੀਓ 'ਚ ਹਸਪਤਾਲ ਦੇ ਡਾਕਟਰ ਆਪਸ 'ਚ ਕੀ ਗੱਲ ਕਰਦੇ ਹਨ ਉਹ ਤੁਹਾਨੂੰ ਸੁਣਾਉਂਦੇ ਹਨ। ਜਲੰਧਰ ਦੇ ਇਹਨਾਂ ਡਾਕਟਰਾਂ ਦੀ ਕਥਿਤ ਆਡੀਓ ਵਾਇਰਲ ਕਰਨ ਵਾਲੇ ਵਿਅਕਤੀ ਨੇ ਅਪੀਲ ਕੀਤੀ ਹੈ ਕਿ ਅਜਿਹੇ ਡਾਕਟਰਾਂ ਤੋਂ ਸਾਵਧਾਨ ਰਹੋ। ਜਿਹੜੇ ਮਾਂ ਪਿਓ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਮੇਰੀ ਰਿਕਾਰਡਿੰਗ ਜ਼ਰੂਰ ਸੁਣੋ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਸੈਂਡ ਕਰਾਂਗਾ ਜੋ ਚੀਜ਼ ਸੁਣ ਕੇ ਤੁਹਾਡੀ ਮਤਲਬ ਇਨਸਾਨੀਅਤ ਦੁਨੀਆਂ 'ਚੋਂ ਖਤਮ ਹੋ ਚੁੱਕੀ ਹੋਣ, ਤੁਹਾਨੂੰ ਯਕੀਨ ਹੋ ਜਾਵੇਗਾ ਇਸ ਚੀਜ਼ 'ਤੇ। ਸੱਚੀ ਆਪਣੇ ਪੰਜਾਬ 'ਚ ਲੋਕ ਪੰਜਾਬ ਨੂੰ ਛੱਡ ਕੇ ਸਹੀ ਬਾਹਰ ਜਾ ਰਹੇ ਨੇ। ਅੱਜ ਮੇਰਾ ਵੀ ਇਹੀ ਦਿਲ ਕਰ ਰਿਹਾ ਪੰਜਾਬ ਨੂੰ ਛੱਡ ਦੇਵਾਂ, ਇੱਥੋਂ ਚਲਾ ਜਾਵਾਂ, ਇੱਥੋਂ ਬੜ ਦਿਹਾੜੀਆ ਗੱਲ ਵਾਂ ਨੌਕਰੀ ਗੱਲਾਂ, ਪਰ ਇੱਥੇ ਤਾਂ ਇਨਸਾਨੀਅਤ ਖਤਮ ਹੋ ਚੁੱਕੀ ਆ। ਮੇਰੇ ਭਾਂਜੇ ਨੂੰ ਬੁਖਾਰ ਹੋਇਆ ਹਲਕਾ ਆ, ਮੈਂ ਡਾਕਟਰ ਅਤੁਲ ਮਹਾਜਨ ਫੁੱਟਬਾਲ ਚੋਣ ਲੱਗੇ ਉਹਦਾ ਹੈਗਾ ਹੋਸਪਿਟਲ 'ਚ, ਅਤੇ ਜੀ ਉੱਥੇ ਮੈਂ ਲੈ ਗਿਆ। ਕਹਿੰਦਾ ਜੀ ਉਹਨੇ ਪਰਚੀ ਬਣਾਈ, ਇੱਕ ਉਹ ਬੰਦੇ ਨੇ ਲਾਸਟ ਡਾਕਟਰ ਨੇ ਪਰਚੀ ਬਣਾਈ, ਕਹਿੰਦਾ ਇਹਨੂੰ ਐਡਮਿਟ ਕਰ ਦਿਉ ਦੁਆਬਾ ਹੋਸਪਿਟਲ ਜੀ, ਇਹਨੂੰ ਐਡਮਿਟ ਕਰੋ ਜਾ ਕੇ। ਉਹ ਮੈਨੂੰ ਟੈਨਸ਼ਨ ਪੈ ਗਈ, ਮੈਂ ਕਿਹਾ ਕੀ ਦਿੱਕਤ, ਕਹਿੰਦਾ ਸੈੱਲ ਘੱਟ ਗਏ ਜੀ ਇਹਦੇ, ਹੁਣ ਸੈੱਲ ਘਟਣ ਦੇ ਜਦੋਂ ਨਾਮ ਲਿਆ ਮੈਨੂੰ ਹੱਥਾਂ ਪੈਦੀ ਪੈ ਗਈ। ਮੈਂ ਕਿਹਾ ਯਾਰ ਅੱਜ ਕੱਲ੍ਹ ਸੈੱਲਾਂ ਨਾਲ ਡੈਥਾਂ ਹੋ ਰਹੀਆਂ, ਮੌਤਾਂ ਹੋ ਰਹੀਆਂ ਬਹੁਤ ਜ਼ਿਆਦਾ, ਸਾਨੂੰ ਕੁਛ ਨਹੀਂ ਸੋਚਿਆ। ਅਸੀਂ ਚੁੱਪ ਕਰਕੇ ਨਕੋਦਰ ਚੌਂਕ ਲੱਗੇ, ਡਾਕਟਰ ਆਸ਼ੂਤੋਸ਼ ਹੈਗਾ ਉੱਥੇ ਦੁਆਬਾ ਹੋਸਪਿਟਲ, ਬੜਾ ਮਸ਼ਹੂਰ ਆ ਬੱਚਿਆ ਡਾਕਟਰ, ਉਹਨੂੰ ਫੋਨ ਕੀਤਾ ਜਾ ਕੇ, ਮੈਂ ਡਾਕਟਰ ਸਾਹਿਬ ਤੁਹਾਡੇ ਹੋਸਪਿਟਲ ਦੇ ਅੰਦਰ ਬੈਠਾ ਇਸ ਟਾਈਮ, ਅਤੇ ਮੇਰਾ ਭਾਂਜਾ ਬਿਮਾਰ ਆ, ਰਾਤ ਦਾ 10:30-11 ਵਜੇ ਦਾ ਟਾਈਮ ਸੀ ਕਿ ਤੁਸੀਂ ਆ ਜਾਓ। ਕਹਿੰਦਾ ਕੋਈ ਗੱਲ ਨਹੀਂ ਮਾਰਿਆ, ਉਹਨੇ ਫੋਨ ਕੀਤਾ, ਮੈਂ ਟੀਮਸ ਨੂੰ ਡਾਕਟਰ ਅਵੇਲੇਬਲ ਹੋ ਗਏ ਉੱਥੇ, ਹਾਂਜੀ ਚੈੱਕ ਕੀਤਾ, ਉਹਨਾਂ ਨੇ ਮੇਰੀ ਰਿਪੋਰਟ ਦੇਖੀ ਜਦੋਂ ਬੱਚੇ ਦੀ, ਤਾਂ ਕਹਿੰਦੇ ਬੱਚੇ ਨੇ ਤੁਹਾਨੂੰ ਕਹਿੰਦੇ, ਕਹਿੰਦਾ ਸੈੱਲ ਘੱਟ ਆ, ਸੈੱਲ ਤਾਂ ਬਿਲਕੁਲ ਲੋਅ ਲਾਈਟ ਹੈ, ਬੱਚਾ ਤੁਹਾਡਾ ਠੀਕ ਆ, ਕੋਈ ਗੱਲ ਨਹੀਂ, ਦੋ ਦਿਨ ਦਵਾਈ ਤੋਂ ਠੀਕ ਹੋ ਜਾਣਾ, ਹਲਕਾ ਫੁਲਕਾ ਇਨਫੈਕਸ਼ਨ ਠੀਕ ਹੋ ਜਾਏਗੀ। ਤਾਂ ਮੈਂ ਥੈਂਕਸ ਕਰਨ ਵਾਸਤੇ ਡਾਕਟਰ ਇਹਨੂੰ ਡਾਕਟਰ ਨੂੰ ਫੋਨ ਕੀਤਾ, ਆਸ਼ੂਤੋਸ਼ ਨੂੰ, ਮੈਂ ਕਿਹਾ ਡਾਕਟਰ ਸਾਹਿਬ ਤੁਹਾਡਾ ਬਹੁਤ ਥੈਂਕਸ ਹੈਗਾ ਨਾ, ਮੈਂ ਇਸ ਲਈ ਫੋਨ ਕੀਤਾ ਕਿ ਚੱਲ ਗੱਲ ਕਰ ਲਓ, ਰਿਕਾਰਡਿੰਗ ਮਤਲਬ ਗੱਲ ਕਰ ਲਓ, ਮੈਂ ਜਾ ਰਿਹਾ। ਅਤੇ ਉਹਨੇ ਕਹਿੰਦਾ ਮੇਰੀ ਗੱਲ ਕਰੋ ਡਾਕਟਰ ਨਾਲ, ਮੈਂ ਗੱਲ ਕਰਾਈ ਨਾ ਉਹ ਡਾਕਟਰ ਨੂੰ, ਤੁਸੀਂ ਬਿਲੀਵ ਨਹੀਂ ਕਰਨਾ, ਯੂ ਕਾਂਟ ਬਿਲੀਵ ਇਟ, ਕਿ ਜਦੋਂ ਮਤਲਬ ਕਿ ਮੈਂ ਗੱਲ ਕਰਵਾਈ ਉਸ ਤੋਂ ਇਮੀਡੀਏਟਲੀ 2 ਮਿੰਟ ਬਾਅਦ ਨਾ ਡਾਕਟਰ ਘਰਾਂ ਨਾ ਉੱਥੇ, ਉਹਦਾ ਰਿਐਕਸ਼ਨ ਬਦਲ ਗਿਆ। ਕਹਿੰਦਾ ਨਹੀਂ ਤੁਹਾਡਾ ਬੱਚਾ ਤਾਂ ਵਾਕਈ ਸੀਰੀਅਸ ਲੱਗ ਰਿਹਾ ਮੈਨੂੰ, ਰਿਪੋਰਟ ਮਤਲਬ ਲੱਗ ਰਹੀ ਕੰਡੀਸ਼ਨ, ਐਡਮਿਟ ਕਰ ਲਓ। ਅਤੇ ਮੈਨੂੰ ਟੈਨਸ਼ਨ ਪੈ ਗਈ, ਮੈਂ ਕਿਹਾ ਯਾਰ ਇੱਕਦਮ ਮਤਲਬ 2 ਮਿੰਟ ਪਹਿਲਾਂ ਕਹਿੰਦਾ ਸੀ ਬੱਚਾ ਬਿਲਕੁਲ ਠੀਕ ਆ, ਅਤੇ 2 ਮਿੰਟ ਬਾਅਦ ਹੀ ਬੱਚਾ ਬਿਮਾਰ ਹੋ ਗਿਆ ਮੇਰਾ। ਤਾਂ ਜਿਵੇਂ ਅੱਜ ਕੱਲ੍ਹ ਹਰ ਫੋਨ ਦੇ ਵਿੱਚ ਰਿਕਾਰਡਿੰਗ ਚੱਲਦੀ ਆ, ਮੇਰੇ ਦਿਮਾਗ ਨੇ ਕੰਮ ਕੀਤਾ, ਮੈਂ ਬਾਹਰ ਗਿਆ, ਮੈਂ ਰਿਕਾਰਡਿੰਗ ਫੋਨ ਕਿੱਥੋਂ ਕੱਢੀ ਆਪਣੇ, ਮੈਂ ਚੈੱਕ ਕੀਤੀ, ਮੈਂ ਕਿਹਾ ਉਹਦੀ ਕਿਹੜੀ ਗੱਲ ਹੋ ਗਈ ਯਾਰ, 2 ਮਿੰਟ ਗੱਲ ਕਰਨ ਤੋਂ ਬਾਅਦ ਮੇਰਾ ਬੱਚਾ ਜ਼ਿਆਦਾ ਸੀਰੀਅਸ ਹੋ ਗਿਆ। ਜੇ ਮੈਂ ਰਿਕਾਰਡਿੰਗ ਸੁਣੀ, ਤੁਸੀਂ ਬਿਲੀਵ ਨਹੀਂ ਕਰਨਾ, ਮੇਰੇ ਪੈਰਾਂ ਥੋੜ੍ਹੇ ਜ਼ਮੀਨ ਨਿਕਲ ਗਈ, ਇਨਸਾਨੀਅਤ ਨਾਮ ਦੀ ਚੀਜ਼ ਖਤਮ ਹੋ ਚੁੱਕੀ ਇਹਨਾਂ ਇਹਨਾਂ ਲਾਲਚੀ ਔਰ ਘਟੀਆ ਗੁੰਡੇ ਡਾਕਟਰਾਂ ਕਰਕੇ ਯਾਰ। ਇਹਨਾਂ ਦੇ ਆਪਣੇ ਬੱਚੇ ਵੀ ਹੈਗੇ, ਜਿੱਦਾਂ ਇਹਨਾਂ ਦੇ ਆਪਣੇ ਬੱਚਿਆਂ ਨੇ ਬੀਤੂਗੀ ਤਾਂ ਇਹਨਾਂ ਨੂੰ ਮਹਿਸੂਸ ਹੋਏਗਾ। ਅਤੇ ਜਦੋਂ ਮੈਂ ਰਿਕਾਰਡਿੰਗ ਸੁਣੀ, ਜਿਹੜੀ ਤੁਹਾਨੂੰ ਮੈਂ ਸੈਂਡ ਕਰਾਂਗਾ ਇਹਦੇ ਵੀਡੀਓ ਦੇ ਵਿੱਚ, ਅਤੇ ਜਦੋਂ ਮੈਂ ਰਿਕਾਰਡਿੰਗ ਸੁਣੀ ਜੀ, ਰਿਕਾਰਡਿੰਗ ਸੁਣਨ ਤੋਂ ਬਾਅਦ ਮੈਂ ਡਿਸੀਜਨ ਲਿਆ, ਮੈਂ ਕਿਹਾ ਮੈਂ ਇੱਥੇ ਬੱਚਾ ਐਡਮਿਟ ਨਹੀਂ ਕਰਨਾ ਆਪਣਾ। ਤਾਂ ਉਸ ਮੈਂ ਮਤਲਬ ਕਿ ਮੰਦਰ ਗੱਲ ਕਰਨਗੀਆਂ ਮੇਰੇ ਜਾਂਦਿਆਂ ਨੂੰ ਜੀ, ਇਹਨਾਂ ਨੇ ਮੇਰੇ 8 ਸਾਲ ਦੇ ਬੱਚੇ ਦੇ ਯਾਰ, 8 ਸਾਲ ਦਾ ਬੱਚਾ ਹੁੰਦਾ ਕੀ ਯਾਰ, ਬੇ ਮਤਲਬ ਇੱਕ ਤਾਂ ਨਾ ਕਮਜ਼ੋਰ ਜਿਹਾ ਮੇਰਾ ਭਾਣਜਾ, 8 ਸਾਲ ਦੇ ਬੱਚੇ ਦੇ ਨਾ ਉਹਨੇ ਗੁਰੂਕੋਸ਼ ਲਾ ਕੇ ਇੰਜੈਕਸ਼ਨ ਲਾ ਕੇ ਠੋਕ ਤੇ ਲੰਮੇ ਪਾ ਤਾ ਉਹਨੂੰ, ਮੈਨੂੰ ਬੜਾ ਤਰਸ ਆਇਆ। ਮੈਂ ਕਿਹਾ ਯਾਰ ਕੀ ਕਰ ਰਹੇ ਹੋ ਤੁਸੀਂ, ਮੈਨੂੰ ਦੇਖਦੇ ਦੇਖਦੇ ਮੈਨੂੰ ਮੇਰਾ ਮਤਲਬ ਕਿ ਵੱਸ ਨਹੀਂ ਚੱਲਿਆ। ਅਤੇ ਮੇਰੇ ਜਦ ਗੱਲ ਕਰਦੇ ਕਰਦੇ ਜੀ ਆਸ਼ੂਤੋਸ਼ ਜੀ ਆ ਗਏ, ਮੇਨ ਡਾਕਟਰ, ਮੇਨ ਮਾਲਕ ਇੰਨੀ ਬਿਲਡਿੰਗ ਦੀ ਯਾਰ, ਕੀ ਕਰਨੀ ਇਹਨੇ ਪੈਸਾ ਜਿਹਾ ਨਾਲ ਲੈ ਕੇ ਜਾਣਾ, ਇਸ ਬੰਦੇ ਨੇ ਪੈਸਾ ਜਿਹਾ, ਬਜ਼ੁਰਗ ਬੰਦਾ ਆਇਆ ਉੱਥੇ। ਮੈਨੂੰ ਕਹਿੰਦਾ ਹਾਂਜੀ ਜੀ, ਮੈਂ ਕਿਹਾ ਡਾਕਟਰ ਸਾਹਿਬ ਰਿਪੋਰਟ ਮੈਂ ਆਪਣੇ ਦੋਸਤਾਂ ਨੂੰ ਸਰਕਲ 'ਚ ਨਾ ਮੇਰੇ ਡਾਕਟਰ ਲਿੰਕ ਹੈਗੇ ਡਾਕਟਰ 'ਚ ਮੈਂ ਸੈਂਡ ਕੀਤੀ ਵਟਸਐਪ 'ਤੇ ਰਿਪੋਰਟ ਉਹਨਾਂ ਨੂੰ, ਅਤੇ
ਅਤੇ ਉਹ ਕਹਿੰਦੇ ਤੁਹਾਡੇ ਡਾਕਟਰ ਨੇ ਵੀ ਗੱਲ ਕਹਿ ਦਿੱਤੀ ਮੇਰਾ ਬੇਟਾ ਠੀਕ ਆ, ਕੋਈ ਪ੍ਰੋਬਲਮ ਮੈਂ ਜਾਵਾਂ? ਕਹਿੰਦਾ ਨਹੀਂ ਜੀ, ਐਡਮਿਟ ਕਰ ਲਓ, ਅੱਛੀ ਗੱਲ ਆ। ਮੈਂ ਕਹਿੰਦਾ ਡਾਕਟਰ ਸਾਹਿਬ ਮੈਂ ਐਡਮਿਟ ਨਹੀਂ ਕਰਦਾ ਕਿਉਂਕਿ ਮੇਰੇ ਕੋਲ ਨਹੀਂ ਸੁਣ ਚੁੱਕਾ ਇਹ ਬੰਦੇ ਦੀ। ਤਾਂ ਕਹਿੰਦਾ ਚਲੋ 5,000 ਜਮ੍ਹਾਂ ਕਰਾ ਦਿਉ। ਮੈਂ ਕਿਹਾ ਡਾਕਟਰ ਸਾਹਿਬ 5,000 ਕਿਸ ਚੀਜ਼ ਦਾ? ਕਹਿੰਦਾ ਤੁਸੀਂ ਅੱਧਾ ਘੰਟਾ ਰਹੇ ਨਹੀਂ, ਸਟੇਅ ਨਹੀਂ ਕੀਤਾ ਹੋਸਪਿਟਲ ਇੱਥੇ, ਤੁਹਾਨੂੰ ਗੁਰੂ ਕਸੂ ਲੱਗ ਗਿਆ। ਮੈਂ ਕਿਹਾ ਡਾਕਟਰ ਸਾਹਿਬ ਗੁਰੂ ਕਸੂ ਮੈਂ ਮੈਂ ਲੋਨ ਨੂੰ ਕਿਹਾ ਵੀ ਨਹੀਂ, ਔਰ ਤੁਸੀਂ ਅੱਧਾ ਘੰਟਾ 5,000 ਰੁਪਏ ਲੈਂਦੇ ਹੋ। ਮੈਂ ਕਿਹਾ 2 ਨੰਬਰ ਕੰਮ ਥੋੜ੍ਹੀ ਕਰਦਾ ਯਾਰ। ਕਹਿੰਦਾ ਨਹੀਂ ਤਾਂ 5,000 ਦੇਣਾ ਪਏਗਾ। ਹੁਣ ਮੈਨੂੰ ਲੱਗਦਾ ਨਹੀਂ ਉਹ ਡਾਕਟਰ ਗੁੰਡਾ ਬੰਦਾ ਯਾਰ, ਜਦੋਂ ਮੈਨੂੰ ਮਨਾ ਕੀਤਾ ਨਾ ਕਿ ਮੈਂ 5,000 ਨਹੀਂ ਦੇਖਦਾ, ਸੋਰੀ ਹਾਂ, ਤਾਂ ਬੰਦਾ ਮੇਰੀ ਗੱਲ ਪੈ ਗਿਆ ਜੀ। ਕਹਿੰਦਾ 5,000 ਦੇਗਾ ਤਾਂ ਜਾਏਗਾ। ਔਰ ਮੈਨੂੰ ਪਤਾ ਮੇਰੇ ਘਰ ਦੇ ਨਾਲ ਸੀ, ਮੇਰੇ ਮਦਰ ਨਾਲ ਸੀ, ਮੇਰੇ ਸਿਸਟਰ ਨਾਲ ਸੀ, ਹੱਥ ਪੈਰ ਜੋੜ ਕੇ 1,000 ਰੁਪਏ ਦੇ ਕੇ ਅਸੀਂ ਨਿਕਲੇ ਉੱਥੋਂ। ਅਤੇ ਉਹ ਮਤਲਬ ਕਿ ਮੈਨੂੰ ਨਹੀਂ ਲੱਗਦਾ ਉਹ ਬੰਦਾ ਡਾਕਟਰ ਆ, ਗੁੰਡਾ ਟਾਈਪ ਬੰਦਾ ਯਾਰ। ਮੈਂ ਮੂਵੀ 'ਚ ਦੇਖਦਾ ਉਹਨਾਂ ਦੀ ਪਿਕਚਰ 'ਚ ਦੇਖਣਾ ਸੀ ਕਿ ਡਾਕਟਰ ਇਸ ਤਰ੍ਹਾਂ ਕਰਦੇ ਨੇ, ਇਸ ਤਰ੍ਹਾਂ ਹੁੰਦਾ ਹੋਸਪਿਟਲਾਂ ਵਿੱਚ, ਇੱਦਾਂ ਹੁੰਦਾ। ਪਰ ਜੋ ਅੱਜ ਲਾਈਵ ਮੇਰੇ ਨਾਲ ਬੀਤੀ ਨਾ ਯਾਰ, ਤਾਂ ਮੈਨੂੰ ਪਤਾ ਲੱਗਾ ਕਿ ਵਾਕਈ ਇਹ ਗੁੰਡੇ ਹੁੰਦੇ ਸੱਚਾਈ ਸੀ ਯਾਰ। ਇਸ ਲਈ ਆਪਣੇ ਪੰਜਾਬੀ ਆਪਣਾ ਦੇਸ਼ ਛੱਡ ਕੇ ਜਾ ਰਹੇ ਨੇ, ਸੱਚੀ ਜਾ ਰਹੇ ਨੇ। ਮੈਂ ਤਾਂ ਖੁਦ ਮਨ ਕਰ ਰਿਹਾ ਮੈਂ ਛੱਡ ਦੇਵਾਂ, ਲੀਵ ਆਊਟ ਕਰ ਦੇਵਾਂ ਯਾਰ ਇੱਥੋਂ। ਇੰਨੇ ਡਾਕਟਰਸ ਗੰਦੇ ਹੋ ਚੁੱਕੇ ਇੱਥੇ ਦੇ ਯਾਰ। ਤੁਹਾਨੂੰ ਮੈਂ ਰਿਕਾਰਡਿੰਗ ਸੈਂਡ ਕਰਾਂਗਾ, ਸੁਣਿਓ। ਤੁਹਾਡੇ ਤੋਂ ਪਹਿਲਾਂ ਮੈਂ ਵੀ ਇਹੀ ਕੁਛ ਕਰਦਾ ਸੀ, ਰਿਕਾਰਡਿੰਗ ਆਉਂਦੀ ਸੀ ਮੈਂ ਤਾਂ ਸੁਣਦਾ ਸੁਣਦਾ ਨਹੀਂ ਸੀ। ਮੈਂ ਟੈਨਸ਼ਨ ਨਹੀਂ ਲੈਣਾ ਕਿਸੇ ਦੀ ਯਾਰ, ਮੈਂ ਕੀ ਲੈਣਾ, ਦੁਨੀਆ ਮਰਦੀ ਮਰੀ ਆ, ਆਪਾਂ ਕੀ ਲੈਣਾ? ਜਦ ਆਪਣੇ ਬੀਤੀ ਨਾ ਬੰਦੇ ਨੂੰ ਪਤਾ ਉਦੋਂ ਚੱਲਦਾ। ਅੱਜ ਉਹ ਮੇਰਾ ਬੀਤੀ ਮੈਨੂੰ ਲੱਗਾ ਜਲੰਧਰ ਦੇ ਮਾਂ ਪਿਓ ਨਾਲ ਸ਼ੇਅਰ ਕਰਨਾ ਚਾਹੀਦਾ ਚੀਜ਼। ਜਲੰਧਰ ਕਿ ਮੈਂ ਪੂਰੇ ਪੰਜਾਬ ਦੇ ਮਾਂ ਪਿਓ ਨੂੰ ਰਿਕਾਰਡਿੰਗ ਇੰਨੀ ਫੈਲਾ ਦਿਉ ਨਾ ਯਾਰ, ਇਹਨਾਂ ਡਾਕਟਰ ਦਾ ਪਤਾ ਚੱਲ ਜਾਵੇ ਕਿ ਕਿੱਦਾਂ ਕਿਸੇ ਦੇ ਬੱਚੇ ਦੀ ਜ਼ਿੰਦਗੀ ਨਾਲ ਖਿਲਵਾੜ ਕਰੀਦਾ। ਮੈਨੂੰ ਤਾਂ ਇੰਨਾ ਡਰ ਪੈ ਗਿਆ, ਮੈਨੂੰ ਤਾਂ ਇਹੀ ਲੱਗ ਰਿਹਾ ਸੀ ਜੇ ਮੈਂ ਬੱਚਾ ਆਪਣਾ ਐਡਮਿਟ ਕਰ ਲੈਂਦਾ ਸਰ ਕਿਡਨੀ ਦਾ ਤੁਰੰਤ ਕੱਢ ਲੈਂਦਾ। ਉਹਦੀ ਇੰਨੇ ਲਾਲਚੀ ਡਾਕਟਰ ਯਾਰ, ਨਕੋਦਰ ਚੌਂਕ ਲੱਗ ਕੇ ਦੁਆਬਾ ਹੋਸਪਿਟਲ ਡਾਕਟਰ ਆਸ਼ੂਤੋਸ਼, ਔਰ ਫੁੱਟਬਾਲ ਚੌਂਕ ਲੱਗੇ ਡਾਕਟਰ ਅਤੁਲ ਮਹਾਜਨ। ਇਹ ਦੋ ਡਾਕਟਰ ਇਹਨੇ ਲਾਲਚੀ ਨੇ ਨਾ ਜਲੰਧਰ ਸ਼ਹਿਰ ਦੇ, ਕਦੀ ਆਪਣੇ ਬੱਚੇ ਨੂੰ ਇੱਥੇ ਕਦੀ ਨਾ ਲੈ ਕੇ ਜਾਇਓ। ਹੱਥ ਜੋੜ ਕੇ ਬੇਨਤੀ ਹੈ, ਜਿੱਦਾਂ ਇਹਨਾਂ ਨੇ ਆਪਣੇ ਬੱਚੇ ਦੇ ਬੀਤੂਗੀ ਤਾਂ ਇਹਨਾਂ ਨੂੰ ਪਤਾ ਚੱਲਣਾ, ਨਹੀਂ ਤਾਂ ਇਹਨਾਂ ਨੇ ਲੱਖਾਂ ਰੁਪਇਆ ਰੋਜ਼ ਦੇ ਕਮਾ ਰਹੇ ਨੇ ਡਾਕਟਰ। ਕੋਈ ਟੈਨਸ਼ਨ ਨਹੀਂ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ। ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਕਦੀ ਇਹਨਾਂ ਹੋਸਪਿਟਲ ਆਪਣੇ ਬੱਚੇ ਨੂੰ ਨਾ ਲੈ ਕੇ ਜਾਇਓ। ਔਰ ਰਿਕਾਰਡਿੰਗ ਸੈਂਡ ਮੈਂ ਕਰਨਾ ਚਾਹਿਆ, ਤੁਹਾਡਾ ਦਿਲ ਕਰੇ ਇਹਨੂੰ ਸੈਂਡ ਕਰਿਓ ਰਿਕਾਰਡਿੰਗ ਨੂੰ ਅੱਗੇ ਜਾ ਕੇ, ਨਹੀਂ ਕਰੇ ਨਾ ਕਰਿਓ, ਮੈਨੂੰ ਕੋਈ ਟੈਨਸ਼ਨ ਨਹੀਂ ਇਸ ਚੀਜ਼ ਦੀ, ਕਿਉਂਕਿ ਜੋ ਮੇਰਾ ਬੀਤੀ ਮੇਰਾ ਦਿਲ ਕੀਤਾ, ਆਪਣਾ ਮਨ ਹਲਕਾ ਕੀਤਾ, ਮੈਂ ਤੁਹਾਨੂੰ ਦੱਸ ਕੇ ਰਿਕਾਰਡਿੰਗ ਤੁਹਾਨੂੰ ਸੈਂਡ ਕਰਨ ਲੱਗਾ। ਜ਼ਰੂਰ ਸੁਣਿਓ ਜੋ ਡਾਕਟਰ ਦੀ ਮੇਨ ਡਾਕਟਰ ਮਦੋਥਰਾ ਮਾਲਕ ਆਸ਼ੂਤੋਸ਼, ਉਹਦੀ ਅਤੇ ਉਹਦੇ ਜਿਹੜੇ ਯੂਨੀਅਨ ਡਾਕਟਰ ਦੀ ਵਾਰਤਾਲਾਪ ਹੋਈ, ਉਹ ਮੈਂ ਰਿਕਾਰਡਿੰਗ ਮੇਰੇ ਫੋਨ 'ਚ ਸੀਗੀ, ਮੈਂ ਰਿਕਾਰਡਿੰਗ ਤੁਹਾਨੂੰ ਸੈਂਡ ਕਰਨ ਲੱਗਾ। ਤੁਸੀਂ ਡਿਸੀਜਨ ਲਿਓ ਡਾਕਟਰ ਕਿਸ ਤਰ੍ਹਾਂ ਦਾ ਗੁੰਡਾ ਬੰਦਾ ਇੱਕਣਾ ਯਾਰ, ਡਿਸੀਜਨ ਤੁਸੀਂ ਲੈਣਾ ਹੁਣ। ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ, ਪਰ ਜੇਕਰ ਇਹ ਆਵਾਜ਼ ਇਹਨਾਂ ਡਾਕਟਰਾਂ ਦੀ ਹੈ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਪੈਸਿਆਂ ਲਈ ਡਾਕਟਰ ਕਿਸ ਹੱਦ ਤੱਕ ਜਾ ਸਕਦੇ ਨੇ। ਇਹਨਾਂ ਡਾਕਟਰਾਂ ਦੇ ਲਈ ਪੈਸੇ ਜ਼ਿਆਦਾ ਅਹਿਮੀਅਤ ਰੱਖਦੇ ਹਨ, ਨਾ ਕਿ ਕਿਸੇ ਮਾਸੂਮ ਦੀ ਜ਼ਿੰਦਗੀ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।